ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਆਏ
ਕਰਨਾਂ ਦੇ ਦਇਆ ਵਿਧਾਏ ਤਬ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤਾਈ ਹੋਏ ਸਹਾਇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰਿਓਂ ਕਾ ਧਿਆਨ ਕਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਜਾਲੀਆਂ ਮੁਕਤੀਆਂ ਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੱਡ ਕੇ ਛਪਿਆ ਦੀ ਚਲਾਈ ਦੇਵਾਈ ਦੇਖੀ ਅੰਗਠ ਕੀਤਾ ਜਿਨ੍ਹਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਵੱਲੇ ਧਿਆਨ ਕਰਕੇ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਵੰਗ ਵੰਗ ਕਟਾਏ ਬੁਬਰੀਆਂ ਲਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਦਿੱਤੀਆਂ ਧਰਮ ਦੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਸਾਨੂੰ ਨਵਾਈ ਤਿੰਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਮਾਈਆਂ ਭੈਣੀਆਂ ਦੀ ਕਮਾਈ ਵੱਲੇ ਧਿਆਨ ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਤਾਰਨ ਬੋਲੇ ਫਿਰ ਕੀ ਇਹ ਪ੍ਰਪੰਚ ਕੀ ਰਚਿਆ ਰੱਬ ਨੇ ਕਹਿਣ ਲੱਗੇ ਵੀ ਇਹ ਸੰਯੋਗ ਹੈ ਸੰਯੋਗ ਹੈ ਸੰਯੋਗ ਇਸ ਤਰ੍ਹਾਂ ਦਾ ਵੀ ਜਿਸ ਤਰ੍ਹਾਂ ਸਾਡਾ ਭਰਾਵਾਂ ਦਾ ਦੋ ਭਰਾ ਨੇ ਤਿੰਨ ਭਰਾ ਨੇ ਭੈਣਾਂ ਨੇ ਸੰਯੋਗ ਹੈ ਕਿ ਸਾਡਾ ਮਾਂ ਪਿਓ ਇਹ ਪਰਿਵਾਰ ਹੈ ਇੱਕ ਜਿਹੜੇ ਮਾਪਿਆਂ ਦੀ ਧੀ ਹੋਵੇਗੀ ਬੀਬੀ ਅਮਰਜੀਤ ਕੌਰ ਸੰਯੋਗ ਬਣੇ ਇਸ ਪਰਿਵਾਰ ਦੇ ਨਾਲ ਧੀਆਂ ਪੁੱਤ ਹੋਏ ਪਰਿਵਾਰ ਵਾਲੀ ਬਣੇ ਇਹ ਸੰਯੋਗ ਨੇ ਅਤੇ ਗੁਰਬਾਣੀ ਨੇ ਨਿਰਮਾ ਕਰਕੇ ਸਾਨੂੰ ਇਹ ਚਾਨਣ ਬਖਸ਼ਿਆ ਵੀ ਇਹ ਸੰਯੋਗ ਪਾਠ ਟਾਈਮ ਨੇ ਪਾਠ ਇਸ ਦੀਵੀ ਨੇ ਜਿਸ ਤਰ੍ਹਾਂ ਕਿਸੇ ਬੰਦੇ ਨੂੰ ਲੰਮੇ ਪਿਆਂ ਇੱਕ ਥੋੜ੍ਹਾ ਜਿਹਾ ਸੁਪਨਾ ਆ ਜਾਵੇ ਅਤੇ ਸੁਪਨੇ 'ਚ ਇੱਦਾਂ ਜਾਪੇ ਵੀ ਮੈਂ ਆਹ ਕੁਛ ਵੇਖ ਰਿਹਾ ਅਸਲ 'ਚ ਇਹ ਸੁਪਨਾ ਹੈ ਅਤੇ ਹੈ ਨਹੀਂ ਗੁਰਦੇਵ ਪੰਜਵੇਂ ਪਾਤਸ਼ਾਹ ਨੇ ਗੁਰਬਾਣੀ ਅੰਦਰ ਬਖਸ਼ਿਸ਼ ਕਰ ਦਿੱਤੀ ਵੀ ਤੂੰ ਇਹ ਚਾਹਿਆ ਵੀ ਜਿੰਨਾ ਚਿਰ ਮੈਂ ਜਿਉਂਦਾ ਹੈ ਮੇਰੇ ਧੀਆਂ ਪੁੱਤ ਮੇਰੇ ਪਰਿਵਾਰ ਦੇ ਜੀਵ ਮੇਰੇ ਦਾ ਰਹਿਣੇ ਚਾਹੀਦੇ ਜੀ ਸਾਰੇ ਬੇਨਤੀ ਇਸ ਤਰ੍ਹਾਂ ਜੀ ਵੀ ਬੜੀ ਮਾਲਕ ਨੇ ਕਿਰਪਾ ਕੀਤੀ ਆ ਸਤਿਕਾਰਯੋਗ ਬੀਬੀ ਅਮਰਜੀਤ ਕੌਰ ਜਦੋਂ ਤੋਂ ਵੀ ਇਸ ਘਰ ਦੇ ਵਿੱਚ ਉਹਨਾਂ ਨੇ ਪੈਰ ਪਾਏ ਨੇ ਇਸ ਘਰ ਦੀ ਬੜੀ ਉਹਨਾਂ ਨੇ ਸੋਹਣੇ ਤਰੀਕੇ ਨਾਲ ਅਗਵਾਈ ਕੀਤੀ ਆ ਬੜੀ ਉੱਚੀ ਸੋਚ ਸੀ ਉਹਨਾਂ ਦੀ ਬਹੁਤ ਉੱਚੇ ਖਿਆਲ ਸਨ ਉਹਨਾਂ ਦੇ ਜੀਵਨ ਦੇ ਪ੍ਰਤੀ ਵੀ ਮਨੁੱਖੀ ਜੀਵਨ ਕਿਸ ਤਰ੍ਹਾਂ ਦਾ ਚਾਹੀਦਾ ਉਹਨਾਂ ਨੇ ਆਪਣੇ ਉਹਨਾਂ ਖਿਆਲਾਂ ਅਨੁਸਾਰ ਹੀ ਆਪਣੇ ਘਰ ਨੂੰ ਤੋਰਿਆ ਸਿਰਫ ਘਰ ਨੂੰ ਹੀ ਨਹੀਂ ਤੋਰਿਆ ਉਹਨਾਂ ਨੇ ਆਪਣੇ ਪਤੀ ਦੇ ਇਤਨੀ ਇਲਾਕੇ ਦੇ ਵਿੱਚ ਉਹਨਾਂ ਦੀ ਬਦੌਲਤ ਹੀ ਬਹੁਤ ਜ਼ਿਆਦਾ ਇਲਾਕੇ 'ਚ ਸ਼ੋਭਾ ਉਹਨਾਂ ਦੀ ਹੁੰਦੀ ਆ ਅੱਜ ਵੀ ਲੋਕ ਯਾਦ ਕਰਦੇ ਨੇ ਵੀ ਸਰਦਾਰ ਹਜ਼ਾਰਾ ਸਿੰਘ ਹੋਣੀ ਜੇ ਬਹੁਤ ਚੰਗੇ ਸਨ ਅਤੇ ਇਸ ਉਹਨਾਂ ਦੀ ਚੰਗਿਆਈ ਦੇ ਵਿੱਚ ਉਹਨਾਂ ਦੀ ਧਰਮ ਪੱਤਰੀ ਦਾ ਬਹੁਤ ਯੋਗਦਾਨ ਉਹਨਾਂ ਦਾ ਯੋਗਦਾਨ ਇਹ ਵੀ ਆ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਬੜੀ ਸਹੀ ਗਵਾਈ ਦੇ ਕੇ ਪ੍ਰੇਰਨਾ ਦੇ ਕੇ ਆਪੋ ਆਪਣੇ ਘਰ ਦੋ ਲੜਕੇ ਨੇ ਉਹਨਾਂ ਦੇ ਤਿੰਨ ਲੜਕੀਆਂ ਨੇ ਸਾਰੇ ਆਪੋ ਆਪਣੇ ਥਾਈਂ 'ਚ ਸੁਖੀ ਨੇ ਅਤੇ ਮੈਂ ਸਮਝਦਾ ਕਿ ਉਹ ਸਤਿਕਾਰਯੋਗ ਬੀਬੀ ਅਮਰਜੀਤ ਕੌਰ ਜੀ ਦੇਣਾ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਜੋ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਬੱਚਿਆਂ ਸਾਰਿਆਂ ਨੂੰ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਮੈਂ ਪੰਜਾਬ ਲਾਈਵ ਟੀ ਵੀ ਦਾ ਇਸ ਤੋਂ ਧੰਨਵਾਦ ਕਰਨਾ ਜੀ ਉਹਨਾਂ ਨੇ ਅੱਜ ਸਾਰੇ ਪ੍ਰੋਗਰਾਮ ਨੂੰ ਬਹੁਤ ਵਧੀਆ ਕਵਰ ਕੀਤਾ ਹੈ ਔਰ ਬੜੀ ਮਿਹਨਤ ਨਾਲ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਵਧਾਇਆ ਉਹਨਾਂ ਨੇ ਮੈਂ ਵਾਰ ਵਾਰ ਉਹਨਾਂ ਦਾ ਦੁਬਾਰਾ ਬਹੁਤ ਧੰਨਵਾਦ ਕਰਦਾ ਉਹਨਾਂ ਨੂੰ ਥੈਂਕਸ ਕਰਨਾ ਜੀ Yeah.
बीस बरस कछ अपना पिया तीस बरस कछ दे
तेरा था
देहो सजन असी सड़िया जो हो साहेब सो शायर ने आख्या मां जिहा कर छावा बूटा मैनू नजर ना आवे जिस तो छा उधारी लैके रब ने स्वर्ग बनाया कि मां जिसकी मां जाती है उसने पता है क्योंकि जो लाड मां लड़ा सकती है और कोई नहीं लड़ा सकता। आप मां गिले थां पै जाती है बच्चे में सुखे थां पाती है ताकि ये रात को तंग ना हो आराम ना सुता रहे। और कई गल्लां कई ने माँ का सुभा ते रब का सुभा एको ही क्या है कि जो सुभा रब का है वह ही सुभा माँ का है बल्कि माँ के सुभा उस अकाल पुरख ने अपना सुभा प्राप्त किया है। माँ एक बहुत ही वड्डी नियामत है जिंदगी दे विच सतगुरु के कृपा करनी उस विछड़ी रूप में चरना च निवास बख्शन पिछे परिवार के सिर पर सतगुरु मेर भरिया हथ रखन परिवार में भाणा मनन का दान बख्शन सतगुरु नाम दान बख्शन गुरसिखी जीवन बख्शन ऐसी सतगुरों के चरणों अरदास सबना का धनवाद। और अनंसर का पाठ उपरंत सतगुरु श्री गुरु ग्रंथ साहब महाराज के चरणों अरदास करेंगे। आनंद को अंकार सतगुर प्रसाद आनंद पया मेरी माए सतगुर मैं सतगुर का पाया सहन सिखी मरिया Thank you.
ਪਾਤਸ਼ਾਹੀ ਦਸਨੇ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਿੰਦੇ ਆਏ ਫਿਰ ਗੁਰੂ ਅੰਗਦ ਦੇਵ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਵਿੰਦਨੋ ਸਿਮਰਾਉਣ ਸ੍ਰੀ ਹਰਿ ਰਾਇ ਸ੍ਰੀ ਹਰਿ ਚਿੰਦੇ ਆਈਏ ਜਿਸ ਬਿਠੇ ਸਭ ਦੁੱਖ ਜਾਏ ਏਕ ਬਹਾਦਰ ਸਿਮਰੀ ਆਏ ਕਰਨੋ ਨਿਦਿਆ ਵਿਧਾਏ ਦੁਖਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰਿਓ ਕਾ ਧਿਆਨ ਕਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਜਾਲੀਆਂ ਮੁਕਤੀਆਂ ਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੱਢ ਕੇ ਛੱਡਿਆ ਦੀ ਚਲਾਈ ਦੇਵਾਈ ਦੇਖੀ ਅੰਗਟ ਕੀਤਾ ਜਿਨ੍ਹਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਵੱਲੇ ਧਿਆਨ ਕਰਕੇ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਵੰਗ ਵੰਗ ਕਟਾਏ ਬੁਕਰੀਆਂ ਲਵਾਈਆਂ ਚਰਕੜੀਆਂ ਤੇ ਚੜੇ ਤਾਨਾਰਿਆਂ ਨਾਲ ਕਰਵਾਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਦਿੱਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਈ ਤਿੰਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਮਾਈਆਂ ਭੈਣੀਆਂ ਦੀ ਕਮਾਈ ਵੱਲੇ ਧਿਆਨ ਕਰਕੇ ਬੋਲਣਾ ਜੀ ਪੰਜਾਂ ਤਖਤਾਂ ਦੇ ਸਰਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆ ਚਿਤਿਆ ਹੁਣ ਕਾ ਸਦਕਾ ਸਰਵ ਸੁਖ ਹੋਵੇ ਜਾਂ ਜਗ ਖਾਲਸਾ ਜੀ ਸਾਹਿਬ ਤਾਂ ਦਾ ਨਿਛਿਆ ਰਹਿ ਬਿਰਦਗੀ ਪੈਣ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਸਮੂਹ ਬੋਲ ਵਾਲੇ ਬੋਲਣਾ ਜੀ ਸਿੱਖਾਂ ਨੂੰ ਸੁੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਵ ਦਾਨ ਭਰੋਸਾ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਕਿਸ਼ਨਾਨ ਚੌਂਕੀਆਂ ਝੰਡੇ ਗੂੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਨੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਦੇ ਖਾਲਸੇ ਨੂੰ ਬਖਸ਼ਿਸ਼ ਕਰੋ ਇਹ ਨਮਾਣਿਆਂ ਦੇ ਮਨ ਨਿਤਾਣਿਓ ਕੇ ਤਾਣਿਓੜਿਆਂ ਦੀ ਹੋਰ ਨਿਆਸਰਿਓ ਕੇ ਆਸਰੇ ਨੇ ਪੱਤਿਆਂ ਦੀ ਪੱਤਰ ਦਰਿੰਦਰ ਬਖਸ਼ਣਹਾਰ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਚਵਰ ਤਖਤ ਛਤਰ ਦੇ ਮਾਲਕ ਗੱਦੀ ਤੇ ਬਿਰਾਜਮਾਨ ਹਾਜ਼ਰ ਹਜ਼ੂਰ ਦਸਾਂ ਪਾਤਸ਼ਾਹ ਆਤਮ ਜੋਤੀ ਸਰੂਪ
ਤੁਰਕੀ ਬਾਣੀ ਆਈ ਤਿੰਨ ਸਗਲੀ ਤਿੰਨ ਮਟਾਈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਜਿਸ ਜੇ ਵੜਿਆ ਵਰਨਾ ਕੋਏ ਸਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀਆਂ ਚਰਨਾਂ ਵਿੱਚ ਜੁਈਆਂ ਬੇਨਤੀਆਂ ਦਾਸਾਂ ਕਰਦੇ ਹਾਂ ਦੁਆਕਰ ਜੋੜ ਕਰੋ ਅਰਦਾਸ ਤੁਮ ਭਾਵੇ ਤਾਂ ਆਣੇ ਰਾ ਸੱਚੇ ਪਾਤਸ਼ਾਹ ਜੀ ਇਹ ਚੀਰੀ ਲਿਖਿਆ ਤੇ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਦੇ ਮਾਂ ਕਾ ਅਨੁਸਾਰ ਆਪ ਜੀ ਦੇ ਦਰ ਧਰਦੀ ਸੇਵਕ ਬੀਬੀ ਅਮਰਜੀਤ ਕੌਰ ਜੀ ਨੇ ਆਪ ਨੇ ਅੱਜ ਬਖਸ਼ਿਸ਼ ਕੀਤੀ ਸੀ ਭੋਗ ਕੇ ਸੰਸਾਰ ਤੋਂ ਅਕਾਲ ਵਾਸ ਹੋ ਗਏ ਨੇ ਰੂਹ ਦੀ ਸ਼ਾਂਤੀ ਵਾਸਤੇ ਸਰਵ ਸੁੱਖ ਸ਼ਾਂਤੀ ਵਾਸਤੇ ਪਰਸੋਂ ਦੇ ਰੋਏ ਤੋਂ ਪਰਿਵਾਰ ਵੱਲੋਂ ਆਪ ਜੀ ਦੀ ਰਬੀ ਬਾਣੀ ਅਲਾਈ ਬਾਣੀ ਦੇ ਸ੍ਰੀ ਅਖੰਡ ਪਾਠ ਪੜਾਏ ਸਨ ਇਸ ਵਕਤ ਭੋਗ ਪਏ ਨੇ ਉਪਰੰਤ ਖੁੱਲੇ ਪੰਡਾਲਾਂ ਵਿੱਚ ਸੱਚੇ ਪਾਤਸ਼ਾਹ ਆਪ ਜੀ ਦੇ ਕੀਰਤਨੀਆਂ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਹੈ ਰਹਿਮਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਉਹ ਬਾਣੀ ਦਾ ਕੀਰਤਨ ਦਾ ਭਾਵ ਸੱਚੇ ਪਾਤਸ਼ਾਹ ਵਿਛੜੀ ਹੋਈ ਆਤਮਾ ਨੂੰ ਬਖਸ਼ਿਸ਼ ਕਰਨਾ ਦਰ ਪ੍ਰਵਾਨ ਕਰਨੀਆਂ ਧਰਮ ਧਰਮ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਬਾਣੀ ਪੜ੍ਹਦੇ ਹਾਂ ਵਿਚਾਰਾਂ ਕਰਦੇ ਹਾਂ ਆਪ ਜੀ ਦੇ ਕੀਰਤਨੀਆਂ ਵੱਲੋਂ ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਕੇ ਅੱਗੇ ਤੋਂ ਸਮਾਤ ਬਖਸ਼ਿਸ਼ ਕਰੋ ਦਾਤਾ ਜੀ ਜੋ ਆਪ ਜੀ ਦੀ ਰਹਿਮਤ ਹੋਏ ਹੁਕਮਨਾਮੇ ਬਖਸ਼ਿਸ਼ ਕਰੋ ਮਨ ਨੂੰ ਸ਼ਾਂਤੀ ਆਵੇ ਤ੍ਰਿਪਤੀ ਆਵੇ ਕਰੋ ਕਿਰਪਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਸ ਦਾ ਦੁਹਰਾ ਗਿਆ ਭੀ ਅਕਾਲ ਕੀ ਸਭੇ ਚਲਾਇਓ ਸਭ ਸਿਖਨ ਕੋ ਤੁਮਹਿ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਤੋ ਮਿਲ ਜੋ ਸਰਦਾ ਕਰ ਸੇਵਾ ਦੇ ਵਾਹਿਗੁਰੂ ਪਾਰੇ ਉਤਾਰੇ ਜੋ ਸ਼ਰਧਾ ਕਰ ਸੇਵਨ ਵਾਹਿਗੁਰੂ ਤਾਰਨ ਬੋਲੇ ਸੋਨਿਆ ਕਰਿਓ ਜੇ ਕਿਛ ਕੀਤਾ ਹੋਵੇ
ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ ਇੱਕ ਮਨਮੁਖ ਕਰੇ ਸੇ ਹੋਵੈ ਹਰ ਕੀ ਵਡਿਆਈ ਹਉ ਆਖ ਨਾ ਸਕਾਂ ਹਉ ਮੂਰਖ ਮੁਗਤ ਨਿਚਾਣ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਨਾਗਤ ਪਿਆ ਅਜਾਨ ਹਰ ਕੀ ਵਡਿਆਈ ਹਉ ਆਖ ਨਾ ਸਕਾਂ ਹਉ ਮੂਰਖ ਮੁਗਤ ਨਿਚਾਣ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਨਾਗਤ ਪਿਆ ਅਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੱਸਣ ਵਾਲੇ ਦੇ ਮਨ 'ਚ ਇਹ ਆਈ ਗੱਲ ਕਿ ਸ਼ਾਇਦ ਮੇਰੀ ਗੱਲ ਇਹਨਾਂ ਨੂੰ ਚੰਗੀ ਨਹੀਂ ਲੱਗੀ ਅਤੇ ਫਿਰ ਦੁਬਾਰਾ ਇਹ ਗੱਲ ਕਹਿ ਦਿੱਤੀ ਸੰਤ ਜੀ ਮੇਰਾ ਇੰਨਾ ਕੁਛ ਹੈ, ਮੇਰਾ ਇੰਨਾ ਪਰਿਵਾਰ ਆ, ਮੇਰਾ ਇਸ ਤਰ੍ਹਾਂ ਦਾ ਘਰ ਬਾਹਰ ਹੈ, ਮੈਂ ਆਹ ਕੁਛ ਬਣਾ ਲਿਆ ਹੈ। ਅਤੇ ਸੰਤ ਕਬੀਰ ਜੀ ਨੇ ਉਹਨੂੰ ਕਿਹਾ ਕਿ ਤੈਨੂੰ ਪਤਾ ਕਿ ਮੇਰਾ ਕਿਹੜਾ ਹੈ, ਜਿਹੜਾ ਤੂੰ ਇਹ ਕਹਿੰਦਾ ਮੇਰਾ ਹੈ, ਤੈਨੂੰ ਅਜੇ ਮੇਰੇ ਦੀ ਪਹਿਚਾਣ ਨਹੀਂ ਹੈ। ਜਿਨ੍ਹਾਂ ਗੱਲਾਂ ਨੂੰ ਤੂੰ ਮੇਰੀਆਂ ਕਹਿ ਰਿਹਾ ਕਿ ਇਹ ਮੇਰੀਆਂ ਗੱਲਾਂ ਨੇ, ਮੇਰੀਆਂ ਚੀਜ਼ਾਂ ਨੇ, ਮੇਰੀ ਜ਼ਮੀਨ ਆ, ਮੇਰਾ ਘਰ ਹੈ, ਮੇਰੀ ਜਾਇਦਾਦ ਹੈ, ਤੈਨੂੰ ਅਜੇ ਪਹਿਚਾਣ ਨਹੀਂ ਆਈ, ਮੈਂ ਤਾਂ ਚੁੱਪ ਕੀਤਾ। ਤੇਰਾ ਉਹ ਆ ਜਿਸ ਚੀਜ਼ ਨੇ ਤੇਰਾ ਸਾਥ ਦੇਣਾ। ਹੁਣ ਤੂੰ ਦੱਸੀ ਜਿਹੜੀਆਂ ਚੀਜ਼ਾਂ ਦਾ ਤੂੰ ਨਾਂ ਲਿਆ ਹੈ, ਮੇਰਾ ਘਰ ਆ, ਮੇਰੀ ਜ਼ਮੀਨ ਆ, ਮੇਰੇ ਕੋਲ ਇੰਨੀ ਕਰੰਸੀ ਹੈ, ਮੇਰੇ ਕੋਲ ਬੈਂਕਾਂ 'ਚ ਇੰਨਾ ਧਨ ਹੈ, ਮੇਰੇ ਪਰਿਵਾਰ ਦੇ ਇੰਨੇ ਜੀਅ ਨੇ, ਹੁਣ ਮੈਨੂੰ ਇਹ ਸੋਚ ਕੇ ਦੱਸੀ ਕਿ ਇਹਨਾਂ 'ਚੋਂ ਕਿਹੜੀ ਚੀਜ਼ ਹੈ ਜਿਹਨੇ ਤੇਰਾ ਸਾਥ ਦੇਣਾ। ਤੇਰੀ ਉਹ ਆ, ਜਿਹਨੇ ਤੇਰਾ ਸਾਥ ਨਹੀਂ ਦੇਣਾ ਉਹ ਤੇਰੀ ਨਹੀਂ। ਮਨ 'ਤੇ ਭੁਲੇਖਾ ਸੀ ਇਹ ਗੱਲ ਸੁਣਨ ਨੂੰ, ਫਿਰ ਵੀ ਜੀ ਨਾ ਕੀਤਾ ਉਸ ਮਨੁੱਖ ਦਾ, ਫਿਰ ਵੀ ਇਹ ਗੱਲ ਮਨ 'ਤੇ ਨਾ ਲੱਗੀ। ਅਤੇ ਸੰਤ ਕਬੀਰ ਜੀ ਨੇ ਗੁਰਬਾਣੀ ਅੰਦਰੋਂ ਬਚਨ ਕਿਹਾ ਹੈ, ਕਹਿੰਦੇ ਫਿਰ ਗੱਲ ਇਹ ਹੈ ਕਿ ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ। ਫਿਰ ਆਹ ਬਚਨ ਕਹਿ ਦਿੱਤਾ, ਲਾਜ ਨਾ ਮਰੋ, ਨਹੀਂ ਆਉਂਦੀ ਇਹ ਗੱਲ। ਤੂੰ ਮੈਨੂੰ 2-3 ਵਾਰਾਂ ਕਹਿ ਦਿੱਤਾ ਕਿ ਆਹ ਮੇਰਾ ਹੈ, ਮੇਰਾ ਹੈ, ਮੇਰਾ ਹੈ, ਅਤੇ ਕਹਿਣ ਲੱਗੇ ਲਾਜ ਨਾ ਮਰੋ। ਕਹਿੰਦੇ ਜੀ ਕਿਹੜੀ ਗੱਲੋਂ? ਕਹਿੰਦੇ ਕਹੋ ਘਰ ਮੇਰਾ, ਇਹ ਕਹਿੰਦੇ ਜੀ ਵਿਆਹ ਕੁਛ ਮੇਰਾ, ਇਹ ਜਿੱਦ ਲਾਈ ਆ ਕਿ ਇਹ ਕੁਛ ਮੇਰਾ। ਤੈਨੂੰ ਲਾਜ ਨਹੀਂ ਇਸ ਗੱਲ ਦੀ ਆਉਂਦੀ? ਲਾਜ ਨਾਲ ਮੌਤ ਨਹੀਂ ਆਉਂਦੀ? ਲਾਜ ਨਾ ਮਰੋ ਕਹੋ ਘਰ ਮੇਰਾ, ਕੀ ਆ ਜੀ ਅੰਤ ਕੀ ਵਾਰ ਨਹੀਂ ਕਿਛ ਤੇਰਾ। ਤੇਰਾ ਉਹ ਆ ਜਿਹਨੇ ਤੇਰਾ ਸਾਥ ਦੇਣਾ। ਜੇ ਇਹਨਾਂ ਚੀਜ਼ਾਂ ਨੇ ਤੇਰਾ ਸਾਥ ਨਹੀਂ ਦੇਣਾ ਤਾਂ ਇਹ ਤੇਰੀਆਂ ਨੇ, ਇਹ ਨਹੀਂ ਤੇਰੀ। ਫਿਰ ਜੀ ਇਹ ਪ੍ਰਪੰਚ ਕੀ ਰਚਿਆ ਰੱਬ ਨੇ? ਕਹਿਣ ਲੱਗੇ ਵੀ ਇਹ ਸੰਯੋਗ ਹੈ, ਸੰਯੋਗ ਹੈ। ਸੰਯੋਗ ਇਸ ਤਰ੍ਹਾਂ ਦਾ ਕਿ ਜਿਸ ਤਰ੍ਹਾਂ ਸਾਡਾ ਭਰਾਵਾਂ ਦਾ 2 ਭਰਾ ਨੇ, 3 ਭਰਾ ਨੇ, ਭੈਣਾਂ ਨੇ, ਸੰਯੋਗ ਹੈ ਕਿ ਸਾਡਾ ਮਾਂ ਪਿਓ, ਇਹ ਪਰਿਵਾਰ ਹੈ। ਇੱਕ ਜਿਹੜੇ ਮਾਪਿਆਂ ਦੀ ਧੀ ਹੋਵੇਗੀ ਬੀਬੀ ਅਮਰਜੀਤ ਕੌਰ, ਸੰਯੋਗ ਬਣੇ ਇਸ ਪਰਿਵਾਰ ਦੇ ਨਾਲ, ਧੀਆਂ ਪੁੱਤ ਹੋਏ, ਪਰਿਵਾਰ ਵਾਲੀ ਬਣੇ, ਇਹ ਸੰਯੋਗ ਨੇ। ਅਤੇ ਗੁਰਬਾਣੀ ਨੇ ਨਿਰਮਾ ਕਰਕੇ ਸਾਨੂੰ ਇਹ ਚਾਨਣ ਬਖਸ਼ਿਆ ਵੀ ਇਹ ਸੰਯੋਗ ਪਾਰਟ ਟਾਈਮ ਨੇ, ਪਾਰਟ ਇਸ ਦੀਵੀ ਨੇ। ਜਿਸ ਤਰ੍ਹਾਂ ਕਿਸੇ ਬੰਦੇ ਨੂੰ ਲੰਮੇ ਪਿਆਂ ਇੱਕ ਥੋੜ੍ਹਾ ਜਿਹਾ ਸੁਪਨਾ ਆ ਜਾਵੇ ਅਤੇ ਉਹ ਸੁਪਨੇ 'ਚ ਇੱਦਾਂ ਜਾਪੇ ਵੀ ਮੈਂ ਆਹ ਕੁਛ ਵੇਖ ਰਿਹਾ ਹੈ, ਅਸਲ 'ਚ ਇਹ ਸੁਪਨਾ ਹੈ ਅਤੇ ਹੈ ਨਹੀਂ। ਗੁਰਦੇਵ 5ਵੇਂ ਪਾਤਸ਼ਾਹ ਨੇ ਗੁਰਬਾਣੀ ਅੰਦਰ ਇਹ ਬਖਸ਼ਿਸ਼ ਕਰ ਦਿੱਤੀ ਵੀ ਤੂੰ ਇਹ ਚਾਹਿਆ ਵੀ ਜਿੰਨਾ ਚਿਰ ਮੈਂ ਜਿਉਂਦਾ ਹੈ ਮੇਰੇ ਧੀਆਂ ਪੁੱਤ ਮੇਰੇ ਪਰਿਵਾਰ ਦੇ ਜੀਵ ਮੇਰੇ ਨਾਲ ਰਹਿਣੇ ਚਾਹੀਦੇ, ਮੇਰੇ ਕੋਲ ਚਾਹੀਦੇ। ਅਸਲ 'ਚ ਸੱਚੀ ਗੱਲ ਇਹ ਵੀ ਇਹ ਨਾ ਕੋਈ ਕਿਸੇ ਦੀ ਮਾਂ, ਨਾ ਕੋਈ ਕਿਸੇ ਦਾ ਪਿਓ, ਨਾ ਕੋਈ ਭਰਾ, ਨਾ ਕੋਈ ਭੈਣ, ਕੁਛ ਨਹੀਂ। ਕਾਕੋ ਮਾਈ, ਕਾਕੋ ਬਾਪ, ਨਾਮ ਤਰੀਕ ਝੂਠੇ ਸਭ ਸਾਰਾ ਕੌਣ ਰਹਿ ਗਿਆ ਆਪਣੇ? ਕਾਕੋ ਮਾਈ, ਕਾਕੋ ਬਾਪ,
नाम त्रिक झूठे सब साख काहे को मूर्ख पखलाया। वो तेनों पखला आ गया मूर्ख, कोई पखला च कह रहा तू मेरा ये कुछ। काहे को मूर्ख पखलाया मिल संयोग हुक्म क्यों आया। तेनों परमात्मा ने तेरा संयोग बनाया, ओदे हुक्म दे नाल तू इस घर दे विच तेरा जन्म होया। तेरी धियां पुत्तां वाली होर सांझा तेरिया परिवार के नाल बन गईं, ये मालक दे हुक्म दे नाल सांझा बन गईं। गुरदेव सच्चे पातशाह ने घर आप आए हैं तो सब तो पहला इन्हें सानू कहा कि प्रशादा छक कर, फिर बैठे कि प्रशादा छक के बीच चंगी गल है। भुख लगी हो तो छक लेना चाहिए। अंदर आया तो एक गुरु साहब जी ने कहा कि चंगा आए जिते ये भी प्रशादा छक, ये भी थाल है उत्थे तुम पंडाल च वेखे वो भी थाल ने, दो थाल ने, एक पंडाल च थाल एक थाल साध संगत जी इत्थे। उस थाल दे विच भी खाना परोसिया है, इस थाल दे विच भी खाना परोसिया है। उस थाल विच जिहड़ा खाना परोसिया वो साढ़े पेट की पूर्ति वास्ते, वो पेट वास्ते, जिहड़ा इस थाल च खाना परोसिया वो पेट की पूर्ति वास्ते नहीं, वो साड़ी आत्मा की खुराक। इस खुराक में सच्चे पातशाह जी ने कृपा करके इतना समझाया भई थाल विच तीन वस्तु पइयो, सत संतोख विचार अमृत नाम ठाकर का फल जिसका सबसे आधारो। अगे हम गरंटी की दे रहे आख लगे जिहड़ा ये खाना खा लेगा, इस थाल दे विच जिहड़ा खाना तैयार किया गया है, जिहड़ा धरती ते आया मनुख ये खाना खा लवेगा वो राजी हो जाएगा, राजी हो जाएगा। किस गल तो जिहड़े होक्यां नाल जिहड़ी आत्मा उहदी मरदी जा रही है, मेरे नाल ये क्यों भाणा वरत गया। रब की गल नहीं चंगी, कई बार लगती कई बार लग जाती, हुण रब की रजा में रहने वास्ते ये खाना साड़ी मदद करता। मालक जी कहन लगे जे को खावे जे को पुंजे तिसका होए उदा, पल्ले बन ले होए गल केड़ी ये वस्त तजी नहीं जाई। और खाना बेशक ना खाओ, शाम को घर जाके खा लोगे कुछ नहीं नुकसान होना, कोई नुकसान नहीं होना, एक दिन ना कोई फर्क नहीं पैना। जिस बंदे ने मनुखा जन्म लैके आ खाना ना खाता उदा उदार नहीं होता, नहीं होता। जे को खावे जे को पुंचे तिसका होए उस बंदे का कोई उदार नहीं। कहना कि यह वस्ता जी नहीं कर, नित नित रख इन हिरदे च परो के रख। इस गल आ जो वाकया बन जाता साढ़े घर कोई जी चलाना कर जाता साडा होका निकलता साड़ी सांझ होंगी, रिश्तेदारी हर रिश्तेदारी अपना अपना मुल रखती कीमत रखती, वो महानता है हर रिश्तेदारी। ये घर किसी वेले अज तो मैं 40-50 साल पछाण चले जाओ तुम झंडे झुकते सारे भरावान का अतफाक मराडा परिवार करके सारा इलाके जाने जाता है कि दूधी पोती बड़ी मालक की कृपा। मौत ने ऐसा टेढ़ी अख नाल वेख्या जदों पर जवानी से शिंगार किया भरावान अजे वो चिखा ठंडी ना हो कीमती लाल बहुत सा जाते वे ਵੱਡੇ ਭਰਾ ਜਾਂਦੇ ਤੁਸਾਂ ਵਿੱਚ ਐਂ ਜਾਤਾ ਜਿਵੇਂ ਨਜ਼ਰ ਲੱਗ ਜਾਂਦੇ ਤਾਂ ਕੌਣ ਡੱਕੇ ਮੌਤ ਨੂੰ ਕੌਣ ਦਰਵਾਜ਼ਾ ਬੰਦ ਕਰੇ ਮੌਤ ਵਾਸਤੇ ਕੌਣ ਆਖੇ ਤਰ੍ਹਾਂ ਤੂੰ ਕਿਉਂ ਕਰ ਰਹੀ ਹੈ ਕਿਉਂਕਿ ਹੁਕਮ ਦੀ ਖੇਡ ਹੈ ਰਜਾ ਦੀ ਖੇਡ ਹੈ ਉਹਦੀ ਮਾਲਕ ਦੀ ਖੇਡ ਹੈ ਮਾਂ ਸਿਰਫ ਜਨਮ ਹੀ ਨਹੀਂ ਦਿੰਦੀ सिर्फ जन्म नहीं दिन मां च कि वड्याई है ये गुरबाणी में पढ़िया पता लगा मैं आप नहीं सी पता जिस तरह का प्यो उस तरह की माँ है की फर्क है दोवें तरह च गुरबाणी कह लगी नहीं फर्क है फर्क यह है दुनिया की माँ इस तरह करती है कि पुत जिन्ना मर्जी गलत राय पै जाए
ਜਿੰਨਾ ਮਰਜ਼ੀ ਪਿਓ ਤੇ ਭਾਵੇਂ ਭੜਦਾ ਤੇਰੇ ਪੁੱਤ ਨੂੰ, ਮੇਰਾ ਪੁੱਤ ਨਹੀਂ ਚੰਗਾ, ਪਰ ਕਦੀ ਤੁਸਾਂ ਕਿਸੇ ਮਾਂ ਦੇ ਮੂੰਹੋਂ ਨਹੀਂ ਸੁਣਿਆ ਹੋਣਾ ਕਿ ਮੇਰਾ ਪੁੱਤ ਨਹੀਂ ਚੰਗਾ। ਕਦੀ ਮਾਂ ਨਹੀਂ, ਪਤਾ ਨਹੀਂ ਇਹ ਕਾਹਦੀ ਬਣੀ, ਕਦੀ ਮਾਂ ਨੇ ਨਹੀਂ ਆਖਿਆ। ਮਾਂ ਦੀ ਇਸ ਵਡਿਆਈ ਨੂੰ ਸਾਹਮਣੇ ਰੱਖ ਕੇ ਭਗਤ ਕਬੀਰ ਜੀ ਕਹਿਣ ਲੱਗੇ ਰੱਬ ਨੂੰ, ਰੱਬਾ ਤੂੰ ਮਾਂ ਆ ਮੇਰੀ, ਮੈਂ ਵੀ ਤੇਰਾ ਪੁੱਤ ਹਾਂ। ਵੇਖੋ ਗੱਲ, ਉਦੋਂ ਇਹ ਨਹੀਂ ਆਖਿਆ ਤੂੰ ਮੇਰਾ ਪਿਓ, ਮੈਂ ਮਾਂ ਦੀ ਵਡੱਪਣ ਦੀ ਗੱਲ ਦੱਸ ਰਿਹਾ ਤੁਹਾਨੂੰ। ਆਖਣ ਲੱਗੇ ਮੇਰੇ ਸੋਹਣੇ ਰਾਮ, ਮੈਂ ਤੇਰਾ ਪੁੱਤ, ਇਸ ਕਰਕੇ ਤੇਰਾ ਮੈਂ ਪੁੱਤ ਹਾਂ ਵੀ ਜੇ ਦੁਨੀਆਂ ਦੀ ਮਾਂ ਆਪਣੇ ਪੁੱਤ ਦੇ ਐਬ ਢੱਕ ਲੈਂਦੀ ਆ ਤੇ ਮੇਰੇ 'ਚ ਪਤਾ ਨਹੀਂ ਕਿੰਨੇ ਗੁਨਾਹ ਹੈ, ਤੇਰੇ ਤੋਂ ਬਿਨਾਂ ਕੌਣ ਢੱਕੂ ਮੇਰੇ ਅੱਖਾਂ। ਰਾਮ ਮਈਆ ਹਉ ਬਾਰਕ ਤੇਰਾ, ਇਹ ਮੇਰੇ ਸੋਹਣੇ ਰਾਮ ਮੈਂ ਤੇਰਾ ਬੱਚਾ, ਹਉ ਬਾਰਕ ਤੇਰਾ ਕਾਹੇ ਨਾ ਖੰਡਸ ਔਗਣ ਮੇਰਾ, ਤੂੰ ਕਿਹੜੀ ਗੱਲੋਂ ਮੇਰਾ ਗੁਨਾਹ ਨਾ ਮਾਫ ਕਰੇਂਗੀ। ਜੇ ਆਮ ਦੁਨੀਆਂ ਦੀ ਮਾਂ ਆਪਣੇ ਪੁੱਤ ਨੂੰ ਇਸ ਤਰ੍ਹਾਂ ਕਰਦੀ ਹੈ ਤੇ ਮੈਂ ਵੀ ਤਾਂ ਤੇਰਾ ਪੁੱਤ ਹੀ ਹਾਂ। ਮਾਂ ਦੇ ਸਿਰ ਤੇ ਸਾਰੇ ਘਰ ਦੀ ਖੇਡ ਹੈ। ਇੱਕ ਬੇਨਤੀ ਆਪ ਜੀ ਨੂੰ ਅਰਜ ਕਰਾਂ, ਆਪਾਂ ਸਮਾਜ ਵਿੱਚ ਰਹਿੰਦੇ ਹਾਂ, ਤੁਸੀਂ ਮੈਂ ਸਾਰੇ, ਸਾਡੇ ਸਾਰਿਆਂ ਦੀ ਸਮਾਜ ਵਿੱਚ ਉਹਨਾਂ ਚਿਰ ਇੱਜ਼ਤ ਨਹੀਂ ਬਣ ਸਕਦੀ ਜਿੰਨਾ ਚਿਰ ਸਾਡੀ ਇੱਜ਼ਤ ਘਰ 'ਚ ਨਹੀਂ ਬਣਦੀ। ਜਿਸ ਬੰਦੇ ਨੂੰ ਘਰ 'ਚ ਕੋਈ ਜੀ ਇਸ ਕਰਕੇ ਜਾਣਦਾ, ਕਦੀ ਉਹ ਦਸਾਂ ਬੰਦਿਆਂ 'ਚ ਖਲੋ ਕੇ ਗੱਲ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਸਭ ਤੋਂ ਪਹਿਲਾਂ ਲੋੜ ਹੈ ਕਿ ਉਹਦੇ ਘਰ 'ਚ ਉਹਦੀ ਇੱਜ਼ਤ ਚਾਹੀਦੀ ਹੈ, ਅਤੇ ਘਰ 'ਚ ਇੱਜ਼ਤ ਬਣਾਉਣ ਦਾ ਸਭ ਤੋਂ ਅਹਿਮ ਪਾਤਰ ਉਹ ਕੌਣ ਹੈ, ਉਹ ਜਿਹੜੀ ਲੜ ਲੱਗੀ ਹਰ ਮਨੁੱਖ ਦੇ, ਉਹ ਔਰਤ, ਉਹ ਸਵਾਣੀ, ਉਹ ਬੀਬੀ ਜਿਹੜੀ ਉਸ ਮਰਦ ਦੀ ਪਤਨੀ ਹੈ, ਉਸ ਮਰਦ ਦੀ ਇੱਜ਼ਤ ਬਣਾਉਣ ਦੇ ਵਿੱਚ ਉਹ ਭਾਈ ਔਰਤ। ਤੁਸੀਂ ਇਹਨੂੰ ਹੱਥ 'ਤੇ ਸਰੋਂ ਜਮਾ ਕੇ ਵੇਖ ਸਕਦੇ ਹੋ, ਅਕਸਰ ਸਮਾਜ ਵਿੱਚ ਵਿਚਰਦੇ ਹੋ। ਕੁਛ ਬੀਬੀਆਂ ਤੁਹਾਨੂੰ ਘਰਾਂ ਜਿਸ ਤਰ੍ਹਾਂ ਮਿਲਣਗੀਆਂ, ਮੈਂ ਕਹਾਣੀ ਨਹੀਂ ਸੁਣਾ ਰਿਹਾ, ਹਕੀਕੀ ਗੱਲ ਕਰ ਰਿਹਾ। ਆਦਮੀ ਘਰ ਨਹੀਂ, ਫਿਰ ਵੀ ਉਹ ਇੰਨੇ ਚੰਗੇ ਲਫਜ਼ਾਂ ਨਾਲ ਤੁਹਾਨੂੰ ਸੰਬੋਧਨ ਕਰਨਗੀਆਂ, ਭਾਅ ਜੀ ਆਓ ਵੇਖੋ ਜਲ ਪਾਣੀ ਛੱਡੋ, ਫਿਰ ਦੱਸਣਗੇ ਵੀ ਅਸਲ 'ਚ ਭਾਅ ਜੀ ਤੁਹਾਡੇ ਘਰ ਨਹੀਂ ਗੇ, ਕੋਈ ਕੰਮ ਹੈ ਤੁਸੀਂ ਦੱਸ ਜਾਓ, ਜਾਂ ਅੱਜ ਫੋਨ ਨੰਬਰ 'ਤੇ ਉਹਨਾਂ ਨਾਲ ਗੱਲ ਕਰ। ਇੱਕ ਉਹ ਬੀਬੀ, ਇੱਕ ਦੂਸਰੀ ਬੀਬੀ ਹੈ, ਆਦਮੀ ਘਰ ਨਹੀਂ ਅਤੇ ਰੂਹ 'ਚ ਖਲੋਤਾ ਬੰਦਾ ਆਵਾਜ਼ਾਂ ਮਾਰ ਮਾਰ ਕੇ ਸੰਗ ਪਾੜ ਕੇ ਥੱਕ ਜਾਂਦਾ, ਅੰਦਰੋਂ ਆਵਾਜ਼ ਹੀ ਨਹੀਂ ਆਉਂਦੀ, ਯੋਗਿਆ ਤੁਸੀਂ ਕਿਹਨੂੰ ਆਵਾਜ਼ ਦੇਣ ਦੇ ਵਿੱਚ। ਹੁਣ ਇਹਨੂੰ ਤੁਸੀਂ ਬਾਹਰ ਜਾ ਕੇ ਬੰਦੇ ਨੂੰ ਗਾਲਾਂ ਕੱਢੀਆਂ, ਬਾਹਰ ਕੀ ਬਣਿਆ ਫਿਰਦਾ, ਘਰ ਦੇ ਲਈ ਇਹ ਹਾਲਤ ਹੈ। ਇੱਜ਼ਤ ਗਵਾਈ ਕਿਹਨੇ, ਇੱਜ਼ਤ ਬਣਾਈ ਕਿਹਨੇ, ਇਹ ਉਸ ਔਰਤ ਦੇ ਹਿੱਸੇ ਗੱਲ ਆ ਗਈ। ਇਸ ਕਰਕੇ ਗੁਰਬਾਣੀ ਨੇ ਕਿਸੇ ਆਦਮੀ ਨੂੰ ਆਪਣੇ ਆਪ 'ਚ ਸੰਪੂਰਨ ਆਖਿਆ ਹੀ ਨਹੀਂ, ਕੋਈ ਬੰਦਾ ਪੂਰਾ ਨਹੀਂ, ਮਾਫ ਕਰਨਾ, ਕੋਈ ਬੰਦਾ ਆਪਣੇ ਆਪ 'ਚ ਪੂਰਾ ਨਹੀਂ। ਗੁਰਬਾਣੀ ਨੇ ਇਸਤਰੀ ਨੂੰ ਅਰਧ ਸਰੀਰੀ ਆਖਿਆ, ਬੰਦੇ ਦੀ ਅਰਧ ਸਰੀਰੀ, ਅਰਧ ਸਰੀਰੀ। ਰੱਬ ਜਾਣੇ ਸਾਡੀ ਮੱਤ 'ਤੇ ਕਿਸ ਤਰ੍ਹਾਂ ਕਦੀ ਕਦੀ ਪੜਦਾ ਪੈ ਜਾਂਦਾ, ਜਿਹੜਾ ਬੰਦਾ ਵਿਆਹ ਹੀ ਨਹੀਂ ਕਰਾਉਂਦਾ, ਅਸੀਂ ਇਹਨੇ ਬ੍ਰਹਮ ਗਿਆਨੀ ਹੋਣਾ, ਇਹ ਜਦੀ ਸਦੀ ਆ ਹਯੂਰ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਦੇਖ ਬਾਰੇ ਫਸਟ ਫਸਟ
ਹਾਂਜੀ ਸਾਡੀ ਬੇਨਤੀ ਇਸ ਤਰ੍ਹਾਂ ਜੀ ਵੀ ਬੜੀ ਮਾਲਕ ਨੇ ਕਿਰਪਾ ਕੀਤੀ ਆ ਸਤਿਕਾਰਯੋਗ ਬੀਬੀ ਅਮਰਜੀਤ ਕੌਰ ਜਦੋਂ ਦੋਵੇਂ ਇਸ ਘਰ ਦੇ ਵਿੱਚ ਉਹਨਾਂ ਨੇ ਪੈਰ ਪਾਏ ਨੇ ਇਸ ਘਰ ਦੀ ਬੜੀ ਉਹਨਾਂ ਨੇ ਸੋਹਣੇ ਤਰੀਕੇ ਨਾਲ ਅਗਵਾਈ ਕੀਤੀ ਆ ਬੜੀ ਉੱਚੀ ਸੋਚ ਸੀ ਉਹਨਾਂ ਦੀ ਬਹੁਤ ਉੱਚੇ ਖਿਆਲ ਸਨ ਉਹਨਾਂ ਦੇ ਜੀਵਨ ਦੇ ਪ੍ਰਤੀ ਵੀ ਮਨੁੱਖੀ ਜੀਵਨ ਕਿਸ ਤਰ੍ਹਾਂ ਦਾ ਚਾਹੀਦਾ ਉਹਨਾਂ ਨੇ ਆਪਣੇ ਉਹਨੇ ਖਿਆਲਾਂ ਅਨੁਸਾਰ ਹੀ ਆਪਣੇ ਘਰ ਨੂੰ ਤੋਰਿਆ ਸਿਰਫ ਘਰ ਨੂੰ ਹੀ ਨਹੀਂ ਤੋਰਿਆ ਉਹਨਾਂ ਨੇ ਆਪਣੇ ਪਤੀ ਦੇ ਇੱਕ ਵੀ ਇਲਾਕੇ ਦੇ ਵਿੱਚ ਉਹਨਾਂ ਦੀ ਬਦੌਲਤ ਹੀ ਬਹੁਤ ਜ਼ਿਆਦਾ ਇਲਾਕੇ 'ਚ ਸ਼ੋਭਾ ਉਹਨਾਂ ਦੀ ਹੁੰਦੀ ਆ ਅੱਜ ਵੀ ਲੋਕ ਯਾਦ ਕਰਦੇ ਨੇ ਵੀ ਸਰਦਾਰ ਹਜ਼ਾਰਾ ਸਿੰਘ ਹੋਣੀ ਜੇ ਬਹੁਤ ਚੰਗੇ ਸਨ ਅਤੇ ਇਸ ਉਹਨਾਂ ਦੀ ਚੰਗਿਆਈ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਦਾ ਬਹੁਤ ਯੋਗਦਾਨ ਹੈ ਉਹਨਾਂ ਦਾ ਯੋਗਦਾਨ ਇਹ ਵੀ ਆ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਬੜੀ ਸਹੀ ਗਵਾਹੀ ਦੇ ਕੇ ਪ੍ਰੇਰਨਾ ਦੇ ਕੇ ਆਪੋ ਆਪਣੇ ਘਰ ਦੋ ਲੜਕੇ ਨੇ ਉਹਨਾਂ ਦੇ ਤਿੰਨ ਲੜਕੀਆਂ ਨੇ ਸਾਰੇ ਆਪੋ ਆਪਣੇ ਥਾਈਂ 'ਚ ਸੁਖੀ ਨੇ ਅਤੇ ਮੈਂ ਸਮਝਦਾ ਕਿ ਉਹ ਸਤਿਕਾਰਯੋਗ ਬੀਬੀ ਅਮਰਜੀਤ ਕੌਰ ਦੀ ਦੇਣ ਆ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਤੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਬੱਚਿਆਂ ਸਾਰਿਆਂ ਨੂੰ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਮੈਂ ਪੰਜਾਬ ਲਾਈਵ ਟੀ ਵੀ ਦਾ ਇਸ ਵਕਤ ਧੰਨਵਾਦ ਕਰਨਾ ਜੀ ਉਹਨਾਂ ਨੇ ਅੱਜ ਸਾਰੇ ਪ੍ਰੋਗਰਾਮ ਨੂੰ ਬਹੁਤ ਵਧੀਆ ਕਵਰ ਕੀਤਾ ਹੈ ਔਰ ਬੜੀ ਮਿਹਨਤ ਨਾਲ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਵਧਾਇਆ ਉਹਨਾਂ ਨੇ ਮੈਂ ਵਾਰ ਵਾਰ ਉਹਨਾਂ ਦਾ ਦੁਬਾਰਾ ਬਹੁਤ ਧੰਨਵਾਦ ਕਰਨਾ ਉਹਨਾਂ ਨੂੰ ਥੈਂਕਸ ਕਰਨਾ ਜੀ ਮੈਂ